ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਦੋਸਤੋ ਅੱਜ ਤੋਂ ਠੀਕ 3 ਦਹਾਕੇ ਪਹਿਲਾਂ ਸੰਵਿਧਾਨ ਦੇ ਵਿੱਚ 73ਵੀਂ ਸੋਧ ਹੋਈ। ਸੋਧ ਹੋਣ ਤੋਂ ਉਪਰੰਤ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਨੇ ਉਹਨਾਂ ਨੂੰ ਬੇਤਹਾਸ਼ਾ ਇੱਕ ਤਾਕਤ ਦੇ ਦਿੱਤੀ ਗਈ। ਤਾਕਤ ਸੀ ਗ੍ਰਾਮ ਸਭਾ ਦੀ ਤਾਕਤ। 30 ਸਾਲ ਬੀਤ ਜਾਣ ਤੋਂ ਬਾਅਦ ਅੱਜ ਤੱਕ ਕਿੰਨੇ ਕੁ ਲੋਕ ਉਸ ਮਿਲੀ ਹੋਈ ਤਾਕਤ ਨੂੰ ਲੈ ਕੇ ਜਾਣੂ ਨੇ, ਕੀ ਉਸ ਮਿਲੀ ਹੋਈ ਅਥਾਹ ਸੰਵਿਧਾਨਕ ਸ਼ਕਤੀ ਦੀ ਕਿੰਨੀ ਕੁ ਸਾਡੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਵਰਤੋਂ ਕਰ ਸਕੀਆਂ ਨੇ, ਕੀ 30 ਸਾਲ ਬੀਤ ਜਾਣ ਤੋਂ ਬਾਅਦ ਅੱਜ ਸਾਡੇ ਪਿੰਡ ਜਿਹੜੇ ਨੇ ਉਹ ਕਿੱਥੇ ਕੁ ਖਲੋਤੇ ਨੇ, ਉਹ ਸਾਰਿਆਂ ਨੂੰ ਪਤਾ। ਖੈਰ ਇਸੇ ਸੰਬੰਧੀ ਪਟਿਆਲਾ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਫੁਹਾਰਾ ਚੌਂਕ ਤੇ ਬਿਲਕੁਲ ਨਜ਼ਦੀਕ 24 ਅਪ੍ਰੈਲ 2023 ਨੂੰ ਪਿੰਡ ਬਚਾਓ ਪੰਜਾਬ ਬਚਾਓ ਦੀ ਟੀਮ ਦੇ ਵੱਲੋਂ ਇਸ ਸਭ ਦੇ ਉੱਤੇ ਕਿ ਕਿੱਥੇ ਕੁ ਖਲੋਤੀ ਹੈ ਇਸ ਵੇਲੇ ਸਾਡੇ ਪੇਂਡੂ ਜਨ ਜੀਵਨ ਦੀ ਕਹਾਣੀ। ਸੰਵਿਧਾਨ ਹੁਣ ਤੱਕ ਕਿਤਾਬਾਂ ਦੇ ਵਿੱਚ ਹੀ ਸੀਮਤ ਕਿਉਂ? ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬੜੇ ਬੁੱਧੀਜੀਵੀ ਲੋਕ ਜਿਹੜੇ ਨੇ ਜਿਨ੍ਹਾਂ ਦਾ ਸੁਪਨਾ ਹੈ ਕਿ ਪਿੰਡ ਦੇ ਲੋਕ ਜਿਹੜੇ ਆ ਆਪਣੇ ਹੱਕਾਂ ਦੇ ਪ੍ਰਤੀ ਗ੍ਰਾਮ ਸਭਾ ਦੇ ਜਿਹੜੇ ਸਭ ਤੋਂ ਅਹਿਮ ਮੈਂਬਰ ਜਿਨ੍ਹਾਂ ਨੇ ਆਪਣੀਆਂ ਪੰਚਾਇਤਾਂ ਦੀ ਚੋਣ ਕਰਨੀ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਪਿੰਡ ਦੀ ਹੋਣੀ ਨੂੰ ਆਪ ਲਿਖਣਾ ਹੁੰਦਾ, ਇਸ ਸਭ ਦੇ ਉੱਤੇ ਚਰਚਾ ਕਰਨ ਲਈ ਕਿ ਉਹ ਕਿੰਨੇ ਕੁ ਜਾਗਰੂਕ ਨੇ ਇਹ ਪ੍ਰੋਗਰਾਮ ਰੱਖਿਆ ਗਿਆ ਵਾ 24 ਤਰੀਕ ਨੂੰ, ਯਾਨੀ ਕਿ 24 ਅਪ੍ਰੈਲ 2023। ਯਾਨੀ ਕਿ ਇਸ ਟੀਮ ਦੇ ਵੱਲੋਂ ਪਿਛਲੇ 3 ਦਹਾਕਿਆਂ ਦੇ ਜਿਹੜੇ ਉਹ ਲੇਖੇ ਜੋਖੇ ਦੀ ਗੱਲ ਕੀਤੀ ਜਾਵੇਗੀ। ਉੱਥੇ ਗ੍ਰਾਮ ਸਭਾ ਦੀ ਗੱਲ ਚੱਲੇਗੀ, ਗੱਲ ਮੱਗ ਨਰੇਗਾ ਦੀ ਚੱਲੇਗੀ, ਗੱਲ ਇਹ ਚੱਲੇਗੀ ਕਿ 30 ਸਾਲਾਂ ਦੇ ਵਿੱਚ ਸੰਵਿਧਾਨ ਦੀ ਉਹ ਅਥਾਹ ਤਾਕਤ ਨੂੰ ਵਰਤਣ ਲਈ ਆਪਾਂ ਲੋਕ ਕਿੰਨੇ ਕੁ ਕਾਮਯਾਬ ਹੋਏ ਹਾਂ। ਮੈਂ ਇਸ ਟੀਮ ਦੀ ਗੱਲ ਕਰਾਂ, ਪਿੰਡ ਬਚਾਓ ਪੰਜਾਬ ਬਚਾਓ ਟੀਮ ਦੀ ਗੱਲ ਕਰਾਂ ਤਾਂ ਬਹੁਤ ਕੁਛ ਮੈਨੂੰ ਸਿੱਖਣ ਨੂੰ ਜਿਹੜਾ ਇਹਨਾਂ ਦੇ ਕੋਲੋਂ ਮਿਲਿਆ, ਤੇ ਕੋਸ਼ਿਸ਼ ਕਰਦੇ ਰਹੇ ਹਾਂ ਕਿ ਹਮੇਸ਼ਾ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਉਹ ਸ਼ਮੂਲੀਅਤ ਕੀਤੀ ਜਾਵੇ, ਕਿਉਂਕਿ ਇਨਸਾਨ ਜਦ ਤੱਕ ਮਰਦਾ ਨਹੀਂ, ਜਦ ਤੱਕ ਪੂਰਾ ਨਹੀਂ ਹੁੰਦਾ, ਉਹਨਾਂ ਚਿਰ ਉਹ ਸਿੱਖ ਦਾ ਹੀ ਰਹਿੰਦਾ। ਅਸੀਂ ਸਿੱਖ ਦੇ ਆਏ ਹਾਂ, ਅੱਜ ਸਾਡੇ ਪਿੰਡ ਦੀ ਨੁਹਾਰ ਬਦਲ ਰਹੀ ਆ। ਜੇ ਅੱਜ ਸਾਡਾ ਪਿੰਡ ਜਿਹੜਾ ਉਹ ਤਰੱਕੀ ਦੇ ਰਸਤੇ ਦੇ ਉੱਤੇ ਚੱਲ ਰਿਹਾ ਤਾਂ ਕਿਤੇ ਨਾ ਕਿਤੇ ਇਸ ਟੀਮ ਦਾ ਵੱਡਾ ਯੋਗਦਾਨ ਰਿਹਾ। ਇਸ ਟੀਮ ਦੇ ਵੱਲੋਂ ਐਨਾਲਿਸਿਸ ਕੀਤਾ ਜਾਏਗਾ ਪਿਛਲੇ 30 ਸਾਲਾਂ ਦੇ ਉੱਤੇ ਕਿ ਕਮੀਆਂ ਕਿੱਥੇ ਰਹੀਆਂ, ਕਿੰਨਾ ਥਾਵਾਂ ਦੇ ਉੱਤੇ ਕਿਹੋ ਜਿਹੇ ਬਦਲਾਓ ਦੀ ਜ਼ਰੂਰਤ ਸੀ, ਕਾਨੂੰਨ ਕਿਤਾਬਾਂ ਤੱਕ ਸੀਮਤ ਕਿਉਂ ਰਿਹਾ। ਇਸ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਵੀ ਕੀਤੀ ਜਾਏਗੀ ਅਤੇ ਇਹ ਵੀ ਚਰਚਾ ਕੀਤੀ ਜਾਏਗੀ ਕਿ ਜਦੋਂ ਗ੍ਰਾਮ ਸਭਾ ਦਾ ਅਸਲ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਇਜਲਾਸ ਹੋਣ ਲੱਗ ਪਏ ਅਤੇ ਫਿਰ ਸਾਡੇ ਪਿੰਡ ਤਰੱਕੀ ਦੇ ਉੱਤੇ ਕਿਵੇਂ ਚੱਲੇ, ਕਿਉਂਕਿ ਸਾਡੀ ਗ੍ਰਾਮ ਪੰਚਾਇਤ ਦਿਓ ਇਸ ਦੀ ਇੱਕ ਜਿਉਂਦੀ ਜਾਗਦੀ ਜਿਹੜੀ ਉਹ ਮਿਸਾਲ ਆ। ਸੋ ਕੋਸ਼ਿਸ਼ ਕਰਿਓ ਤੁਸੀਂ ਵੀ ਸਾਰੇ ਜਾਣੇ ਜਿਹੜੇ ਆਪਣੇ ਪਿੰਡਾਂ ਦੇ ਵਿਕਾਸ ਦੇ ਸੰਬੰਧੀ ਕੋਈ ਚੰਗਾ ਸੁਪਨਾ ਰੱਖਦੇ ਹੋ, ਚੰਗੀ ਕੋਈ ਸੋਚ ਜਾਂ ਸੋਝੀ ਰੱਖਦੇ ਹੋ ਤਾਂ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਿਓ ਅਤੇ ਮੈਂ ਵੀ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਾਂਗਾ, ਕਿਉਂਕਿ ਆਪਣਾ ਅਤੀਤ ਦਾ ਐਕਸਪੀਰੀਅੰਸ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ, ਸਾਰੀ ਉੱਥੇ ਟੀਮ ਦੇ ਨਾਲ, ਤੁਹਾਡੇ ਸਾਰੇ ਲੋਕਾਂ ਦੇ ਨਾਲ, ਕਿ ਕਿਵੇਂ ਆਪਣੇ ਪਿੰਡ ਦੀ ਨੁਹਾਰ ਬਦਲੀ ਅਸੀਂ,
बिना किसी एमएलए की सपोर्ट तो, बिना किसी मैंबर पार्लीमेंट की सपोर्ट तो, बिना एनआरआई के फंडिंग तो बगैर अपने पिंड की हार किवें बदली, असल रूप दे विच ग्राम सभा के अजलास करके। सो तुसी भी सारे जने उस प्रोग्राम दे विच शमूलियत जरूर करियो, जिहड़े तुसी दर्द रखण वाले लोग हो, अपने पिंड का दर्द रखण वाले लोग हो। सो बहुत बहुत शुक्रिया, धन्यवाद।